ਫਾਜ਼ਿਲਕਾ ਦੇ ਮਲੋਟ ਰੋਡ ਤੇ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰੰਜਮ ਕਾਮਰਾ ਨੇ ਮਨਾਇਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਨਮ ਦਿਨ। ਗਰੀਬ ਬੱਚਿਆਂ ਨੂੰ ਪੇਸਟਰੀਆਂ ਅਤੇ ਸਮੋਸੇ ਵੰਡੇ। ਫਾਜ਼ਿਲਕਾ ਦੇ ਵਿੱਚ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰੰਜਮ ਕਾਮਰਾ ਵੱਲੋਂ ਚੁੱਗੀ ਚੌਪੜੀ ਦੇ ਬੱਚਿਆਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਨਮ ਦਿਨ ਮਨਾਇਆ। ਉਹਨਾਂ ਨੇ ਇਸ ਮੌਕੇ ਤੇ ਬੱਚਿਆਂ ਨੂੰ ਪੇਸਟਰੀਆਂ ਅਤੇ ਸਮੋਸੇ ਵੰਡੇ, ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਨਮ ਦਿਨ ਦੀ ਵਧਾਈ ਵੀ ਦਿੱਤੀ। ਉਹਨਾਂ ਨੇ ਕਿਹਾ ਕਿ ਅੱਜ ਉਹ ਗਰੀਬ ਬੱਚਿਆਂ ਦੇ ਨਾਲ ਮਿਲ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਨਮ ਦਿਨ ਮਨਾ ਰਹੇ ਹਨ। ਉਹਨਾਂ ਨੇ ਕਿਹਾ ਕਿ ਅੱਜ ਬੱਚਿਆਂ ਨੂੰ ਪੇਸਟਰੀਆਂ ਅਤੇ ਸਮੋਸੇ ਵੰਡ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਨਮ ਦਿਨ ਦੀ ਵਧਾਈ ਦਿੱਤੀ ਜਾ ਰਹੀ ਹੈ। ਇਸ ਮੌਕੇ ਤੇ ਕਾਂਗਰਸ ਪਾਰਸ਼ਦ ਗੋਲਡੀ ਸਜਦੇਵਾ, ਗੋਲਡੀ ਚਾਮ ਅਤੇ ਅੰਮ੍ਰਿਤ ਕੁਮਾਰ ਦੇ ਨਾਲ ਨਾਲ ਹੋਰ ਵੀ ਕਈ ਪਤਵੰਤੇ ਸੱਜਣ ਮੌਜੂਦ ਸਨ। ਅੱਜ ਸਾਡੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ, ਪਾਣੀਆਂ ਅਤੇ ਕਿਸਾਨੀ ਦੇ ਰਾਖੇ ਕੈਪਟਨ ਅਮਰਿੰਦਰ ਸਿੰਘ ਜੀ ਦਾ ਜਨਮਦਿਨ ਹੈ। ਅਸੀਂ ਜ਼ਿਲ੍ਹਾ ਕਾਂਗਰਸ ਕਮੇਟੀ ਫਾਜ਼ਿਲਕਾ ਵੱਲੋਂ ਉਹਨਾਂ ਦੀ ਤੰਦਰੁਸਤੀ ਲਈ, ਉਹਨਾਂ ਦੀ ਲੰਬੀ ਉਮਰ ਲਈ ਉਹਨਾਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ। ਔਰ ਫਾਜ਼ਿਲਕਾ ਕਾਂਗਰਸ ਕਮੇਟੀ ਪਰਮਾਤਮਾ ਅੱਗੇ ਅਰਦਾਸ ਕਰਦੀ ਹੈ ਵੀ 2022 ਦੇ ਵਿੱਚ ਸਾਨੂੰ ਦੁਬਾਰਾ ਫਿਰ ਕੈਪਟਨ ਸਾਹਿਬ ਦੀ ਸਰਕਾਰ ਜਿਹੜੀ ਹੈ ਉਹ ਕੈਪਟਨ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਇਸ ਤਰੀਕੇ ਨਾਲ ਸਾਨੂੰ ਉਹਨਾਂ ਦੀ ਲੀਡਰਸ਼ਿਪ ਮਿਲੇ ਕਿ ਜਿਹੜੇ ਪੰਜਾਬ ਨੂੰ ਜਿਸ ਤਰੀਕੇ ਨਾਲ ਉਹ ਤਰੱਕੀ ਦੇ ਪੱਖ 'ਤੇ ਲੈ ਕੇ ਜਾ ਰਹੇ ਨੇ, ਇਹਦੀ ਗਤੀ ਵੀ ਹੋਰ ਵਧਾਈ ਜਾ ਸਕੇ। ਔਰ ਪਿਛਲੇ ਸਾਲਾਂ ਦੇ ਵਿੱਚ ਜੋ ਪਿਛਲੇ ਅਕਾਲੀ BJP ਨੇ ਜੋ ਪੰਜਾਬ ਦਾ ਨੁਕਸਾਨ ਕੀਤਾ ਹੈ, ਪੰਜਾਬ ਨੂੰ ਪੂਰਾ ਜਿਹੜਾ ਹੈ ਉਸ ਦੁਬਾਰਾ ਡਿਵੈਲਪਮੈਂਟ ਦੇ ਏਜੰਡੇ 'ਤੇ, ਦੁਬਾਰਾ ਤਰੱਕੀ ਦੀ ਰਾਹ 'ਤੇ ਅਸੀਂ ਲੈ ਕੇ ਆ ਸਕੀਏ। ਸਾਰੀ ਕਾਂਗਰਸ ਕਮੇਟੀ ਵੱਲੋਂ ਮਾਣਯੋਗ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਅੱਜ ਜੋ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਜਨਮ ਦਿਨ ਹੈ, ਉਸ ਜਨਮ ਦਿਨ ਬਖਸ਼ ਵਿੱਚ ਗਰੀਬ ਬੱਚਿਆਂ ਨੂੰ ਕੇਕ ਕਟਾ ਕੇ ਉਹਨਾਂ ਦਾ ਜੋ ਜਨਮ ਦਿਨ ਹੈ ਅਸੀਂ ਮਨਾਇਆ ਜਾ ਰਿਹਾ। ਬਹੁਤ ਹੀ ਖੁਸ਼ੀ ਅਤੇ ਗਰਵ ਦੀ ਗੱਲ ਹੈ ਕਿ ਸਾਨੂੰ ਉਸ ਕੈਪਟਨ ਦੇ ਰੂਪ ਦੇ ਵਿੱਚ ਇੱਕ ਅਜਿਹਾ ਲੀਡਰ ਮਿਲਿਆ ਪੰਜਾਬ ਨੂੰ ਜੋ ਪੰਜਾਬ ਦਾ ਭਲਾ ਸੋਚਦਾ ਹੈ ਅਤੇ ਪੰਜਾਬ ਵਾਸਤੇ ਬਹੁਤ ਵਧੀਆ। ਅਸੀਂ ਬਹੁਤ ਹੀ ਭਾਗਿਆਸ਼ਾਲੀ ਹਾਂ ਵੀ ਸਾਨੂੰ ਕੈਪਟਨ ਵਰਗਾ ਲੀਡਰ ਮਿਲਿਆ। ਅਸੀਂ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ। ਅੱਜ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਜਨਮ ਦਿਹਾੜੇ 'ਤੇ ਅੱਜ ਵਿਸ਼ੇਸ਼ ਤੌਰ 'ਤੇ ਸ਼੍ਰੀ ਰੰਜਮ ਕਮਰਾ ਜੀ, ਜਿਨ੍ਹਾਂ ਨੇ ਅੱਜ ਜਨਮ ਦਿਨ ਦਾ ਕੇਕ ਕੱਟ ਕੇ ਜਨਤਾ ਅਤੇ ਪਬਲਿਕ ਨੂੰ ਵਿੱਚ ਵਿਚਕਾਰ ਹੋ ਕੇ ਪੂਰਾ ਸਵਾਗਤ ਕੀਤਾ ਅਤੇ ਬਹੁਤ ਬਹੁਤ ਵਧਾਈਆਂ ਕੈਪਟਨ ਅਮਰਿੰਦਰ ਸਿੰਘ।